ਅੰਮ੍ਰਿਤਸਰ ਪੁਲਿਸ ਨੇ ਇੱਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਘਰਾਂ ਦੇ ਸਮਾਨ ਨੂੰ ਚੋਰੀ ਕਰਨ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਅਕਸਰ ਇਹਨਾਂ ਦੇ ਨਿਸ਼ਾਨੇ 'ਤੇ ਵੱਡੇ ਘਰ ਹੀ ਹੁੰਦੇ ਸਨ ਜਿਨ੍ਹਾਂ ਦੇ ਘਰ ਵਿੱਚ ਤਾਲਾ ਲੱਗਿਆ ਹੁੰਦਾ ਸੀ ਅਤੇ ਜਦ ਇਹ ਚੋਰ ਉਸ ਘਰ ਵਿੱਚ ਘੁਸ ਜਾਂਦੇ ਸੀ ਤਦ ਇਹ ਉਸ ਘਰ ਦੇ ਅੰਦਰੋਂ ਦੀ ਸਾਰਾ ਸਮਾਨ ਚੁਰਾ ਕੇ ਲਿਆਉਂਦੇ ਸੀ ਪੁਲਿਸ ਨੇ ਆਰੋਪੀਆਂ ਦੇ ਉੱਪਰ ਮਾਮਲਾ ਦਰਜ ਕਰ ਜਾਂਚ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਪੁੱਛਗਿੱਛ ਦੇ ਦੌਰਾਨ ਇਹਨਾਂ ਦੇ ਕੋਲੋਂ ਹੁਣ ਤੱਕ ਇੱਕ ਮਰੂਤੀ ਕਾਰ 11 ਐਕਟਿਵਾ ਮੋਟਰਸਾਈਕਲ ਐਕਟਿਵਾ 4 ਮੋਬਾਈਲ ਫੋਨ 2 AC 3 LED 1 ਫਰਨੀਚਰ ਸੋਫਾ ਸੈੱਟ ਇਹਦੇ 2 ਜਿੰਮ ਦਾ ਸਮਾਨ ਅਤੇ 3 ਮੋਟਰਸਾਈਕਲ ਇਹਨਾਂ ਦੇ ਕੋਲੋਂ ਜਿਹੜੇ ਬਰਾਮਦ ਕੀਤੇ ਗਏ ਨੇ ਔਰ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 364 ਮਿਤੀ 28/7/2017 ਅੰਡਰ ਸੈਕਸ਼ਨ 379B 379/411 IPC ਸਿਵਲ ਲਾਈਨ ਅੰਮ੍ਰਿਤਸਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।